ਅੱਜ ਵਿਦਿਆਰਥੀਓ ਮੈਂ ਤੁਹਾਨੂੰ ਐਰੋਪਲੇਨ ਦੇ ਐਟੀਕੇਟਸ ਬਾਰੇ ਦੱਸਣ ਚੱਲਿਆ। ਤੁਸੀਂ ਅਗਰ ਪਹਿਲੀ ਵਾਰ ਫਲਾਈਟ ਦੇ ਵਿੱਚ ਬੈਠਣੇ ਵਾਲੇ ਹੋ ਤਾਂ ਹੇਠ ਲਿਖੀਆਂ 23 ਗੱਲਾਂ ਦਾ ਧਿਆਨ ਰੱਖਣਾ, 23 ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਉਹ ਕਿਹੜੀਆਂ ਕਿਹੜੀਆਂ ਹੈਗੀਆਂ ਮੈਂ ਤੁਹਾਨੂੰ ਦੱਸਣ ਚੱਲਿਆ ਹੈਗਾ। ਆਪਣੇ ਫੋਨ ਜਾਂ ਇੰਟਰਨੈਟ ਤੋਂ ਫਲਾਈਟ ਦਾ ਸ਼ਡਿਊਲ ਚੈੱਕ ਕਰੋ ਤਾਂ ਕਿ ਕੋਈ ਵੀ ਚੇਂਜ ਹੋਣ ਦੇ ਵਿੱਚ ਤੁਹਾਨੂੰ ਪਰੇਸ਼ਾਨ ਨਾ ਹੋਣਾ ਪਵੇ। ਫੋਨ ਜਾਂ ਇੰਟਰਨੈਟ ਤੋਂ ਫਲਾਈਟ ਦਾ ਸ਼ਡਿਊਲ ਚੈੱਕ ਕਰੋ ਅਤੇ ਕੋਈ ਵੀ ਚੇਂਜ ਹੋਣ ਤੋਂ ਤੁਹਾਨੂੰ ਪਰੇਸ਼ਾਨੀ ਨਾ ਹੋਵੇ। ਸ਼ਡਿਊਲ ਡਿਪਾਰਚਰ ਤੋਂ 2 ਘੰਟੇ ਪਹਿਲਾਂ ਏਅਰਪੋਰਟ ਪਹੁੰਚਣਾ ਚਾਹੀਦਾ ਤੁਹਾਨੂੰ। ਤਾਂ ਫੋਨ ਜਾਂ ਇੰਟਰਨੈਟ 'ਤੇ ਚੈੱਕ ਕਰੋ। ਫਲਾਈਟ ਟਿਕਟ ਦਾ ਪ੍ਰਿੰਟ ਆਊਟ, ਫੋਟੋ ਕਾਪੀ ਜਾਂ ਈਮੇਲ ਹਮੇਸ਼ਾ ਸਾਥ ਹੋਣਾ ਚਾਹੀਦਾ ਤੁਹਾਡੇ, ਉਹ ਹਰ ਵਕਤ ਤੁਹਾਡੇ ਨਾਲ ਹੋਣਾ ਚਾਹੀਦਾ ਹੈਗਾ। SMS ਵੈਲਿਡ ਨਹੀਂ ਮੰਨਿਆ ਜਾਂਦਾ। ਓਰਿਜਨਲ ਆਈਡੈਂਟੀ ਕਾਰਡ ਜਿਸ ਤਰ੍ਹਾਂ ਕਿ ਪਾਸਪੋਰਟ, ਪੈਨ ਕਾਰਡ, ਵੋਟਰ ਕਾਰਡ ਇਹ ਨਾਲ ਰੱਖੋ, ਅਤੇ ਬੱਚੇ ਅਗਰ ਬੱਚਾ ਨਾਲ ਹੈ ਤਾਂ ਉਸਦਾ ਬਰਥ ਸਰਟੀਫਿਕੇਟ ਨਾਲ ਹੋਣਾ ਚਾਹੀਦਾ ਹੈਗਾ। ਓਰਿਜਨਲ ਹੋਣੇ ਚਾਹੀਦੇ ਆ ਸਾਰੇ। ਬੈਗੇਜ ਰੂਲ ਦੇ ਮੁਤਾਬਕ ਬੈਗ ਪੈਕ ਕਰੋ, ਵਾਧੂ ਵੇਟ ਨਾ ਹੋਵੇ ਨਹੀਂ ਤਾਂ ਪੈਨਲਟੀ ਲੱਗੇਗੀ ਤੁਹਾਨੂੰ। ਫਲਾਈਟ ਦੇ ਵਿੱਚ 1 ਕੈਬਿਨ ਬੈਗ ਅਲਾਊਡ ਹੈ ਅਤੇ 2 ਵੱਡੇ ਚੈੱਕਇਨ ਬੈਗ ਏਅਰਲਾਈਨ ਕਾਊਂਟਰ ਪਰ ਦੇਣੇ ਹੁੰਦੇ ਆ। ਉਹ ਤੁਹਾਨੂੰ ਚੈੱਕਇਨ ਬੈਗ ਜਿਹੜੇ ਹੈਗੇ ਏਅਰਲਾਈਨ ਕਾਊਂਟਰ 'ਤੇ ਜਮ੍ਹਾਂ ਕਰਾਉਣੇ ਹੁੰਦੇ ਹੈਗੇ ਅਤੇ ਕੈਬਿਨ ਬੈਗ ਅਲਾਊਡ ਜਿਹੜੇ ਹੈਗੇ ਉਹ ਲੈ ਕੇ ਜਾਣਾ ਹੁੰਦਾ ਅਤੇ ਉਹਦੇ ਵਿੱਚ ਕੀ ਵਰਜਿਤ ਹੁੰਦਾ ਤੁਹਾਨੂੰ ਅੱਗੇ ਦੱਸਾਂਗੇ। ਉਸਦੇ ਵਿੱਚ ਪ੍ਰੋਹਿਬਿਟਿਡ ਸਮਾਨ ਨਾ ਰੱਖੋ, ਜਿਸ ਤਰ੍ਹਾਂ ਕਿ ਨੁਕੀਲੀ ਚੀਜ਼ਾਂ, ਹਥਿਆਰ, ਲਾਈਟਰ, ਬਲੇਡ, ਜ਼ਹਿਰੀਲੀ ਚੀਜ਼ਾਂ, ਰੇਡੀਓ ਐਕਟਿਵ ਪਦਾਰਥ ਜਾਂ ਐਕਸਪਲੋਸਿਵ ਆਈਟਮਸ, ਯਾਨੀ ਕਿ ਬੰਬ ਦੇ ਨਾਲ ਸੰਬੰਧਿਤ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਉਹਦੇ ਵਿੱਚ। ਏਅਰਪੋਰਟ ਤੋਂ ਐਂਟਰੀ ਕਰਦੇ ਸਮੇਂ ਫਲਾਈਟ ਟਿਕਟ ਦੀ ਕਾਪੀ ਅਤੇ ID ਪਰੂਫ ਸਿਕਿਉਰਿਟੀ ਫੋਰਸ ਮੈਂਬਰ ਨੂੰ ਜ਼ਰੂਰ ਦਿਖਾਓ, ਨਹੀਂ ਤਾਂ ਐਂਟਰੀ ਨਹੀਂ ਹੋਣੀ। ਏਅਰਪੋਰਟ ਦੇ ਐਂਟਰੀ ਕਰਦੇ ਸਮੇਂ ਫਲਾਈਟ ਟਿਕਟ ਦੀ ਕਾਪੀ ਅਤੇ ID ਪਰੂਫ ਜ਼ਰੂਰ ਦਿਖਾਉਣਾ ਹੈਗਾ, ਤਾਂ ਹੀ ਤੁਹਾਨੂੰ ਐਂਟਰੀ ਮਿਲੇਗੀ। ਬੈਗੇਜ ਐਕਸਰੇ ਸਕਰੀਨਿੰਗ ਜਿਹੜੀ ਹੈਗੀ ਕਾਊਂਟਰ ਚੈਕਿੰਗ ਕਰਵਾਓ। ਉਸ ਤੋਂ ਬਾਅਦ ਬੈਗੇਜ ਦੇ ਉੱਪਰ ਸਟਿੱਕਰ ਲੱਗ ਜਾਂਦਾ ਸਿਕਿਉਰਿਟੀ ਦਾ, ਅਤੇ ਉਸਨੂੰ ਉਸ ਜਿਹੜਾ ਸਟਿੱਕਰ ਲੱਗਿਆ ਉਹਨੂੰ ਨਿਕਾਲਣਾ ਨਹੀਂ, ਉਹਨੂੰ ਫਾੜਨਾ ਨਹੀਂ, ਅਤੇ ਬੈਗ ਨੂੰ ਫਿਰ ਦੁਬਾਰਾ ਓਪਨ ਨਹੀਂ ਕਰਨਾ ਹੈਗਾ। ਏਅਰਪੋਰਟ ਦੇ ਉੱਪਰ ਸਾਰੀਆਂ ਏਅਰਲਾਈਨਸ ਦੇ ਕਾਊਂਟਰ ਬਣੇ ਹੁੰਦੇ ਆ, ਜਿਸ ਏਅਰਲਾਈਨ ਦੀ ਤੁਹਾਡੀ ਬੁਕਿੰਗ ਹੈ ਉਸੀ ਕਾਊਂਟਰ 'ਤੇ ਜ਼ਰੂਰ ਟਿਕਟ ਦਿਖਾਓ। ਸਟਾਫ ਮੈਂਬਰ ID ਚੈੱਕ ਕਰਨੇ ਤੋਂ ਬਾਅਦ ਤੁਹਾਨੂੰ ਬੋਰਡਿੰਗ ਪਾਸ ਦਿੰਦੇ ਹੈਗੇ, ਅਤੇ ਆਪਣੇ ਪਲੇਨ ਵਿੱਚ ਬੈਠਣ ਲਈ ਤੁਸੀਂ ਤਿਆਰ ਹੋ, ਚਾਹੋ ਤਾਂ ਆਪਣੀ ਵਿੰਡੋ ਸੀਟ ਵੀ ਤੁਸੀਂ ਮੰਗ ਸਕਦੇ ਹੈਗੇ। ਹੈਂਡਬੈਗ ਬੈਗੇਜ ਟੈਗ ਅਟੈਚ ਕਰ ਲਓ, ਹੈਂਡਬੈਗ ਦੀ ਸਕਰੀਨਿੰਗ ਕਰਵਾਓ। ਅਗਰ ਇਸਦੇ ਵਿੱਚ ਲੈਪਟਾਪ ਹੈ ਤਾਂ ਪਹਿਲਾਂ ਹੀ ਕੱਢ ਲਓ। ਲੈਪਟਾਪ, ਵਾਲਿਟ, ਪਰਸ ਅਤੇ ਮੋਬਾਈਲ ਦੀ ਅਲੱਗ ਸਕਰੀਨਿੰਗ ਕੀਤੀ ਜਾਏ। ਇੱਕ ਟਰੇ ਮਿਲਦੀ ਹੈਗੀ, ਉਹਦੇ ਵਿੱਚ ਇੱਕ ਟੋਕਨ ਪਿਆ ਹੁੰਦਾ, ਉਹ ਟਰੇ ਦੇ ਵਿੱਚ ਇਹ ਚੀਜ਼ਾਂ ਪਾ ਲੈਣੀਆਂ, ਟੋਕਨ ਚੱਕ ਲੈਣਾ ਹੈਗਾ ਤਾਂ ਕਿ ਤੁਹਾਨੂੰ ਪਛਾਣ ਹੋਵੇ ਕਿ ਉਹ 32 ਨੰਬਰ 'ਤੇ ਜਾਂ ਕਿਹੜੀ ਚੀਜ਼ ਤੁਸੀਂ ਦਿੱਤੀ ਸੀ ਜਾਂ 36 ਨੰਬਰ 'ਤੇ। ਜਦੋਂ ਵੀ ਸਿਕਿਉਰਿਟੀ ਚੈੱਕ ਹੁੰਦਾ ਹੈਗਾ, ਤੁਹਾਡਾ ਚੈੱਕ ਕਰਨਗੇ ਉਹ, ਤਾਂ ਬੋਰਡਿੰਗ ਪਾਸ ਦੇ ਉੱਪਰ ਸਟੈਂਪ ਲਾ ਕੇ ਤੁਹਾਨੂੰ ਵਾਪਸ ਕਰਦੇ ਹੈਗੇ। ਅਤੇ ਆਪਣੇ ਪਾਸ ਦੇ ਵਿੱਚ ਦੱਸੇ ਹੋਏ ਐਂਟਰੀ ਗੇਟ ਤੋਂ ਤੱਕ ਤੁਸੀਂ ਜਾਣਾ, ਜਿਹੜਾ ਐਂਟਰੀ ਗੇਟ ਉਹਦੇ 'ਚ ਲਿਖਿਆ ਪਾਸ ਦੇ ਵਿੱਚ, ਅਤੇ ਉੱਥੇ ਹੀ ਫਲਾਈਟ ਅਤੇ ਸੀਟ ਨੰਬਰ ਦੀ ਡਿਟੇਲ ਵੀ ਮਿਲ ਜਾਏਗੀ। ਟੇਕ ਆਫ ਦੇ 1/2 ਘੰਟੇ ਪਹਿਲਾਂ ਟਰਮੀਨਲ ਗੇਟ ਖੋਲ੍ਹਿਆ ਜਾਂਦਾ ਹੈਗਾ ਅਤੇ ਦੁਬਾਰਾ ਆਪਣਾ ਬੋਰਡਿੰਗ ਪਾਸ ਅਤੇ ਹੈਂਡਬੈਗ ਚੈੱਕ ਕਰਵਾਉਣਾ ਹੁੰਦਾ, ਤਾਂ ਇਹਦੇ 'ਚ ਇਤਰਾਜ਼ ਨਾ ਕਰੋ। ਕਈ ਵਾਰ ਪਲੇਨ ਜਿਹੜਾ ਹੈਗਾ ਟਰਮੀਨਲ ਗੇਟ ਤੋਂ ਦੂਰ ਖੜ੍ਹਾ ਹੁੰਦਾ, ਇਸ ਤਰ੍ਹਾਂ ਦੇ ਵਿੱਚ ਬੱਸ ਤੱਕ ਪਲੇਨ ਲੈ ਕੇ ਜਾਂਦੀ ਹੈ, ਤੁਹਾਨੂੰ ਡਰੋਪ ਕਰਦੀ ਹੈਗੀ ਬੱਸ, ਅਤੇ ਪਲੇਨ ਏਅਰੋਬ੍ਰਿਜ ਨਾਲ ਜੁੜਿਆ ਹੁੰਦਾ, ਏਅਰੋਬ੍ਰਿਜ ਜਿਹੜੀ ਪੌੜੀ ਹੈਗੀ, ਅਤੇ ਅਸੀਂ ਉੱਥੋਂ ਤੁਸੀਂ ਡਾਇਰੈਕਟ ਐਂਟਰੀ ਵੀ ਕਰ ਸਕਦੇ ਹੋ। ਟੇਕ ਆਫ ਤੋਂ ਪਹਿਲਾਂ ਕਰੂ ਮੈਂਬਰ ਤੁਹਾਨੂੰ ਕੋਈ ਜ਼ਰੂਰੀ ਇੰਸਟਰਕਸ਼ਨਾਂ ਦਿੰਦੇ ਆ, ਉਹਨੂੰ ਫੋਲੋ ਕਰੋ, ਉਹਨੂੰ ਮੰਨੋ, ਸੀਟ ਬੈਲਟ ਲਗਾ ਕੇ ਫਲਾਈਟ ਲਈ ਰੈਡੀ ਹੋ ਜਾਓ। ਕੈਪਟਨ ਤੁਹਾਨੂੰ ਜਰਨੀ ਦੇ ਬਾਰੇ, ਸਫ਼ਰ ਦੇ ਬਾਰੇ, ਵੈਦਰ ਦੇ ਬਾਰੇ, ਫਲਾਈਟ ਦੇ ਬਾਰੇ ਕੋਈ ਜਾਣਕਾਰੀ ਦਿੰਦਾ ਉਹਦੀ ਅਨਾਊਂਸਮੈਂਟ ਦੇ ਰਾਹੀਂ। ਵਿੰਡੋ ਕਵਰ ਖੋਲ੍ਹਣੇ ਲਈ ਜਾਣਕਾਰੀ ਦਿੰਦਾ, ਫੂਡ ਟ੍ਰੇਕ ਫੋਲਡ ਕਰਨੇ ਦੀ ਜਾਣਕਾਰੀ ਦਿੰਦਾ ਹੈਗਾ, ਅਤੇ ਮੋਬਾਈਲ ਆਫ ਔਨ ਕਰਨੇ ਦੀ ਦਿੰਦਾ ਹੈਗਾ। ਸੀਟ ਦੀ ਪੋਜੀਸ਼ਨ ਨੂੰ ਸਿੱਧੀ ਕਰਨ ਲਈ ਵੀ ਉਹ ਇੰਸਟਰਕਸ਼ਨਾਂ ਦਿੰਦਾ। ਕੋਈ ਡਾਊਟ ਹੋਵੇ ਤਾਂ ਏਅਰ ਹੋਸਟੈਸ ਨੂੰ ਤੁਸੀਂ ਹੈਲਪ ਲੈ ਸਕਦੇ ਹੈਗੇ। ਟੇਕ ਆਫ ਤੋਂ ਬਾਅਦ ਐਕੂਪ੍ਰੈਸ਼ਰ ਏਅਰ ਪ੍ਰੈਸ਼ਰ ਦੇ ਬਦਲਾਵ ਹੋਣ ਤੋਂ ਨਾਲ ਕੰਨ ਵਿੱਚ ਦਰਦ ਹੋ ਸਕਦਾ ਹੈ ਹਲਕਾ, ਤਾਂ ਚੂਗਮ ਖਾ ਕੇ ਜਾਂ ਏਅਰ ਬੈਡਸ ਲਗਾ ਕੇ ਉਹ ਘੱਟ ਕੀਤਾ ਜਾ ਸਕਦਾ ਹੈਗਾ। ਏਅਰਲਾਈਨ ਵਿੱਚ ਫਲਾਈਟ ਜਰਨੀ ਵਿੱਚ ਥੋੜ੍ਹੀ ਜਿਹੀ ਡਿਊਰੇਸ਼ਨ
जर्नी के ड्यूरेशन के हिसाब के हिसाब न फ्री फूड या ड्रिंक्स सर्व किए जाते हैं। अगर तुम कोई होर चीज़ लेना चाहो तो आइटम ले सकते हो, पर नैचुरली ऑन बोर्ड रेट ज़्यादा होंगे है, ध्यान रखना। लैंडिंग तो पहला अपनी विंडो कवर खोल लो, फूड ट्रे फोल्ड कर लो, मोबाइल ऑफ कर दो, तो सीट की पोजिशन सीधी कर लो, ये जरूरी हैगा। लैंडिंग तो बाद अपनी सीट बेल्ट खोल सकते हो, अपनी जड़ा बस है वो तुहानू लैन आ जाती है, तो कई बार एरोब्रिज टर्मिनल तक जाना होंदा हैगा। एयरपोर्ट च लगे हुए साइन बोर्ड फॉलो करो, तो बैगेज काउंटर बैग ले लो। हुण इत्थे याद रखने वाली गल है कि कुछ बंदे कन्फ्यूज हो जाते हैं कि वो उन्हां दा समान कित्थे गया, हाहाकार पैनिक हो जाती है। कुछ पैनिक होने की गल नहीं है, अपनी टिकट जिथे तो एयरलाइन जिथे हैगी, एयरलाइन जिथे भी हैगी वो उसका LED के उत्ते डिस्प्ले आएगा, तो बैल्ट लिखी होएगी, इस बैल्ट के उपर तुहाडा समान आ रहा है, ये एयरलाइनस उसका इनसिग्निया लोगो नज़र आएगा। जिवें मान लो किंगफिशर है, फ्लाइट नंबर 6131 है, 6131 जिहड़ी फलानी जगह तो दिल्ली तो बॉम्बे जा रही थी या दिल्ली तो दुबई जा रही थी, तो उत्ते लिखा होएगा दिल्ली तो दुबई जाने वाली इन्ना नंबर, तो उसका जिहड़ा बैगेज आ रहा है तुसीं कलैक्ट करना है, जिहड़ा समान तुसीं कारगो दे विच फिट कीता सी पहला अंदर जाने तो पहला, क्योंकि जो तुसीं जहाज़ के अंदर चढ़ते हैं तो तुहानू वो वाला समान नहीं दिता जाता जिहड़ा कि सील कर दिता जाता है, वो समान तुहाडा नीचे चला जाता है, क्योंकि सारा समान बस वाग थोड़ा लैके चढ़ना है, तुहाडे हैंड बैग ही अंदर जाते हैं, यानी कि तुहाडा जिहड़ा कैबिन बैग ही अंदर जाते हैं। उन्हां च मैं पहले ही दस चुका, कोई लिक्विड चीज़ या कोई भी एक्सप्लोसिव चीज़ या इतराज योग चीज़, ईवन नेल कटर या कैंची भी नहीं होनी चाहिए, छोटी जी भी हो, छोटा जा चाकू ही क्यों ना हो, किस करके है कि कोई हाईजैक ना करने की कोशिश करे, वो वास्ते होंदा है। धन्यवाद। अगर तुम्हें अच्छा लग्या तो सबसक्राइब करो बाबा दीप सिंह इंस्टीट्यूट चैनल, लाइक करो, शेयर करो।